ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਲੈ ਕੇ ਆਈ ਆ ਤੁਹਾਡੇ ਵਾਸਤੇ ਇੱਕ ਨਵਾਂ ਵਲੌਗ ਨਵੇਂ ਵਲੌਗ ਦੀ ਸ਼ੁਰੂਆਤ ਕਰਦੇ ਆ ਗੱਡੀ ਦੇ ਅੰਦਰ ਸ਼ਾਮ ਦੇ ਵਜੇ ਹੋਏ ਆ 8:30 ਤੇ ਅਸੀਂ ਸ਼ਾਮ ਨੂੰ ਹੁਣ ਗੇੜੀ ਲਾਣ ਚੱਲੇ ਆ ਚੰਡੀਗੜ੍ਹ ਫਿਲਹਾਲ ਸਾਨੂੰ ਕੁਝ ਨਹੀਂ ਪਤਾ ਵੀ ਕਿੱਥੇ ਜਾਣਾ ਕਿਉਂਕਿ ਸਵੇਰ ਦੇ ਅੱਜ ਗੱਡੀ ਠੀਕ ਕਰਾਉਣ ਲੱਗੇ ਹੋਏ ਸੀਗੇ ਗੱਡੀ 'ਚ ਥੋੜੀ ਪ੍ਰੋਬਲਮ ਆ ਗਈ ਸੀਗੀ ਇਸ ਕਰਕੇ ਹੁਣ ਮਿਲਿਆ ਸਾਨੂੰ ਸਾਰਾ ਦਿਨ ਦਾ ਟਾਈਮ ਹੁਣ ਰੋਜ਼ ਦੀ ਤਰ੍ਹਾਂ ਹਰਪ੍ਰੀਤ ਨੂੰ ਬਦਾਮ ਸ਼ੇਕ ਪਿਆਇਆ ਜਾਊਗਾ ਤੇ ਸਾਹਮਣੇ ਹੁਣ ਬਦਾਮ ਸ਼ੇਕ ਵਾਲਾ ਹੈ ਹਰਪ੍ਰੀਤ ਬਦਾਮ ਸ਼ੇਕ ਪੀਊਗੀ ਨਾਲੇ ਸਾਨੂੰ ਵੀ ਪਿਲਾਊਗੀ ਬਦਾਮ ਸ਼ੇਕ ਇਹਦੇ ਬਦਾਮ ਸ਼ੇਕ ਨੇ ਸਾਡਾ ਬਦਾਮ ਸ਼ੇਕ ਬਣਾਇਆ ਪਿਆ ਹੈ ਜਦ ਵੀ ਬਾਹਰ ਨਿਕਲਦੇ ਬਦਾਮ ਸ਼ੇਕ ਬਦਾਮ ਸ਼ੇਕ ਬਦਾਮ ਸ਼ੇਕ ਸੋ ਆਹ ਲਿਸ਼ਕਦੀ ਗੱਡੀ ਦੇ ਸਾਹਮਣੇ ਹਰਪ੍ਰੀਤ ਬਦਾਮ ਸ਼ੇਕ ਕਰਾਉਂਦੀ ਹੋਈ ਗੱਡੀ ਪੂਰੀ ਲਿਸ਼ਕੀ ਪਈ ਆ ਤੇ ਇਧਰਲੇ ਪਾਸੇ ਆਪਣੀ ਗੱਡੀ ਖੜੀ ਆ ਸੋ ਆਪਣਾ ਬਦਾਮ ਸ਼ੇਕ ਆ ਗਿਆ ਜੀ ਆਪਾਂ ਹਾਫ ਹਾਫ ਕਰਿਆ ਹੈ ਅਸੀਂ ਤੇ ਆਹ ਹਰਪ੍ਰੀਤ ਆਪਣੇ ਵਾਸਤੇ ਵੀ ਬਦਾਮ ਸ਼ੇਕ ਕਰਾ ਕੇ ਲੈ ਕੇ ਆਈ ਆ ਸੋ ਹਰਪ੍ਰੀਤ ਦੇ ਨਾਲ ਨਾਲ ਹੁਣ ਅਸੀਂ ਵੀ ਬਦਾਮ ਸ਼ੇਕ ਇੰਜੋਏ ਕਰ ਰਹੇ ਹਾਂ ਹਾਫ ਹਾਫ ਪੀਂਦੇ ਆ ਮੈਂ ਕਿਹੜਾ ਪੂਰਾ ਡੰਦੇ ਆ ਦੇਖਾ ਹਾਫ ਹਾਫ ਕਰਾਇਆ ਸੀ ਤਾਂ ਦੋ ਗਲਾਸ ਕਰਾਏ ਆ ਦੋ ਗਲਾਸ ਅਸੀਂ ਚਾਰ ਚ ਡਿਵਾਈਡ ਕਰ ਲਏ ਸੋ ਬਦਾਮ ਸ਼ੇਕ ਆਪਾਂ ਫਿਨਿਸ਼ ਕਰਤਾ ਇੱਕ ਗਲਾਸ ਉਹ ਪਿਆ ਸਾਹਮਣੇ ਹਰਪ੍ਰੀਤ ਨੇ ਵੀ ਫਿਨਿਸ਼ ਕਰਤੇ ਆ ਅਸੀਂ ਅੱਜ ਗੱਡੀ ਠੀਕ ਕਰਾਈ ਹੈ ਤੇ ਅਸੀਂ ਉਹਦੀ ਟੈਸਟ ਡਰਾਈਵ ਕਰਨ ਲੱਗੇ ਹੋਏ ਵੈਸੇ ਸੋਹਣੀ ਚੱਲ ਰਹੀ ਹੈ ਗੱਡੀ ਮਸਤ ਹੈ ਐਨ ਮੱਖਣ ਮਲਾਈ ਵਾਂਗ ਗੱਡੀ ਕਹਿੰਦੇ ਬਹੁਤ ਵਧੀਆ ਚੱਲਦੀ ਇਹਨਾਂ ਦਾ ਅੱਜ ਨਾ ਗੱਡੀ ਦੀ ਸੀਟ ਦੇ ਉੱਤੋਂ ਨੂੰ ਦਿਲ ਨਹੀਂ ਕਰਦਾ ਇਹ ਨਹੀਂ ਪਤਾ ਵੀ ਗੱਡੀ 'ਚ ਪਾਣੀ ਨਹੀਂ ਪੈਂਦਾ ਗੱਡੀ 'ਚ ਪੈਂਦਾ ਪੈਟਰੋਲ ਉਹ ਪੈਟਰੋਲ ਵੀ ਤਾਂ ਪਾਣੀ ਪੈਣਾ ਪੈਟਰੋਲ ਹਲੀ ਹੈਗਾ ਇਹ ਸਾਡੇ ਕੋਲ ਥੋੜਾ ਜਿਹਾ ਹੈਗਾ ਇਹ ਪਰ ਗੱਡੀ ਗੁੱਡੀ ਘਮਾਣ ਨੂੰ ਮਾੜਾ ਮੋਟਾ ਰੱਖਿਆ ਵਾ ਪਾ ਪੈਟਰੋਲ ਹੁਣ ਸਾਨੂੰ ਫਿਲਹਾਲ ਇਹ ਵੀ ਨਹੀਂ ਪਤਾ ਵੀ ਅਸੀਂ ਜਾਣਾ ਕਿੱਥੇ ਆ ਤੁਹਾਨੂੰ ਕੁਝ ਨਹੀਂ ਪਤਾ ਵੀ ਅਸੀਂ ਕਿੱਥੇ ਜਾਣਾ ਕਿਉਂਕਿ ਸਾਡੇ ਕੋਲ ਪੈਸੇ ਵੀ ਨਹੀਂ ਹੈਗੇ ਖਰਚਣੇ ਵਾਸਤੇ ਅਸੀਂ ਖਾਣ ਪੀਣ ਵੀ ਨਹੀਂ ਜਾ ਸਕਦੇ ਰੋਟੀ ਘਰੇ ਬਣਾ ਕੇ ਗਏ ਜਾ ਕੇ ਉਹ ਖਾਣੀਆਂ ਹੁਣ ਅਸੀਂ ਘੁੰਮ ਰਹੇ ਹਾਂ ਲੇਕ ਵਾਲੀ ਸਾਈਡ ਤੇ ਸਾਹਮਣੇ ਸਾਡੇ ਲੇਕ ਆ ਉਹ ਵੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਹਨੇਰਾ ਪਿਆ ਬਾਹਰ ਸੋ ਘੁੰਮਦੇ ਹੋਏ ਅਸੀਂ ਆ ਗਏ ਸੈਕਟਰ 15 ਦੀ ਮਾਰਕੀਟ ਇਹ 15 ਦੀ ਮਾਰਕੀਟ ਨਾ ਸਾਨੂੰ ਆਪਣੇ ਆਪ ਖਿੱਚ ਲੈਂਦੀ ਆ ਕਿਉਂਕਿ ਸਾਡੇ ਕੋਲ ਹੋਰ ਕੋਈ ਥਾਂ ਹੀ ਨਹੀਂ ਹੈ ਜਾਣ ਵਾਸਤੇ ਹੋਰ ਆਪਸ਼ਨ ਹੁੰਦਾ ਨਹੀਂ ਸੋ ਆ ਗਏ ਅਸੀਂ 15 ਦੀ ਮਾਰਕੀਟ ਬਸ ਮੜਾ ਜਿਹਾ ਗੇੜੀ ਗੁੜੀ ਲਾ ਕੇ ਚੱਲਦੇ ਆ ਗੱਡੀ ਸਾਡੀ ਜਾਮ ਚ ਫਸ ਗਈ ਹੁਣ ਨਿਕਲਣੇ ਨੂੰ ਸਾਨੂੰ ਕੋਈ ਰਾਹ ਨਹੀਂ ਮਿਲਣ ਲੱਗਿਆ ਹੋਇਆ ਅਸੀਂ ਅੰਦਰ ਤਾਂ ਆ ਗਏ ਬਾਹਰ ਜਾਣਾ ਬਹੁਤ ਔਖਾ ਹੈ ਸਾਹਮਣੇ ਗੱਡੀਆਂ ਫਸੀਆਂ ਹੋਈਆਂ ਨੇ ਪਾਰਕਿੰਗ ਦਾ ਇਸ਼ੂ ਬੜਾ ਹੈ ਫਿਲਹਾਲ ਅਸੀਂ ਮਾਰਕੀਟ ਚ ਆ ਕੇ ਕੁਝ ਵੀ ਖਾਇਆ ਪੀਆ ਨਹੀਂ ਕੋਈ ਪੈਸਾ ਵੇਸਟ ਨਹੀਂ ਕਰਿਆ ਬਸ ਗੇੜੀ ਮਾਰਨ ਆਏ ਸੀ ਅਸੀਂ ਪੈਸਾ ਨਹੀਂ ਵੇਸਟ ਕਰਿਆ ਪੈਸਾ ਬਿਲਕੁਲ ਵੀ ਨਹੀਂ ਲਾਇਆ ਅਸੀਂ ਗੇੜੀ ਮਾਰਨ ਆਏ ਸੀ ਗੇੜੀ ਮਾਰ ਲਈ ਅਸੀਂ ਕੰਟਰੋਲ ਪੂਰਾ ਕੰਟਰੋਲ ਕਰਿਆ ਅੱਜ ਤਾਂ ਅਨਾਰ ਵੀ ਤੂੰ ਚਲੋ ਹੁਣ ਚੱਲਦੇ ਆ ਘਰੇ ਕੱਲ ਨੂੰ ਇਹ ਵਲੌਗ ਕੰਟੀਨਿਊ ਰਹੇਗਾ ਕੱਲ ਨੂੰ ਦੇਖਦੇ ਆ ਕਿੱਥੇ ਦੀ ਸਾਡੀ ਹੁੰਦੀ ਹੈ ਤਿਆਰੀ ਜਾਣ ਦੀ ਅਸੀਂ ਡਿਸਾਈਡ ਕਰਿਆ ਵੀ ਕੱਲ ਨੂੰ ਤੁਹਾਨੂੰ ਨਾ ਬਹੁਤ ਸੋਹਣੀ ਜਗ੍ਹਾ ਘੁਮਾ ਕੇ ਲੈ ਕੇ ਆਵਾਂਗੇ ਚੰਡੀਗੜ੍ਹ ਦੇ ਬਿਲਕੁਲ ਨੇੜੇ ਆ ਬਹੁਤ ਸੋਹਣੀ ਜਗ੍ਹਾ ਏ ਠੀਕ ਹੈ ਜੀ ਕੱਲ ਨੂੰ ਦਿਖਾਵਾਂਗੇ ਸਵੇਰੇ ਇਹੀ ਵਲੌਗ ਕੰਟੀਨਿਊ ਕਰਾਂਗੇ ਕੱਲ ਦੇ ਦਿਨ ਵਾਸਤੇ ਕਿਉਂਕਿ ਅੱਜ ਤਾਂ ਹੁਣ ਤਾਂ 9:30 ਵਜ ਗਏ ਆ ਤੇ ਆਪਾਂ ਕੱਲ ਨੂੰ ਚੱਲਾਂਗੇ ਆਸ ਮਹਿਤਾਜ ਰੁੱਸਿਆ ਹੋਇਆ ਵੀ ਮੈਨੂੰ ਗੱਡੀ ਨਹੀਂ ਦਵਾਈ ਹੈਗੀ ਇਹਦਾ ਮੂੰਹ ਦੇਖਿਓ ਹੈਲੋ ਫਲਾਲਾ ਫਲਾਲਾ ਸੋ ਅੱਜ ਹੋ ਰਹੀ ਆ ਬਾਰਿਸ਼ ਸਵੇਰੇ ਸਵੇਰੇ ਸੋ ਹੁਣ ਬਾਰਿਸ਼ ਖਤਮ ਹੋ ਗਈ ਆ ਹਰਪ੍ਰੀਤ ਤਿਆਰ ਹੋ ਗਈ ਆ ਜਾਣ ਵਾਸਤੇ ਹੁਣ ਅਸੀਂ ਘੁੰਮਣ ਚੱਲੇ ਆ ਸੋ ਹੁਣ ਆਪਾਂ ਜਾਣ ਵਾਸਤੇ ਤਿਆਰ ਆ ਜੀ ਹੁਣ ਆਪਾਂ ਮੱਥਾ ਟੇਕਣ ਚੱਲੇ ਆ ਗੁਰਦੁਆਰਾ ਸਾਹਿਬ ਬਾਕੀ ਤੁਹਾਨੂੰ ਗੱਡੀ 'ਚ ਬੈਠ ਕੇ ਦੱਸ ਦਿਆਂ ਵੀ ਆਪਾਂ ਚੱਲੇ ਕਿੱਥੇ ਆ ਲਓ ਜੀ ਸਾਰੇ ਜਣੇ ਆ ਕੇ ਬੈਠ ਗਏ ਆ ਅਸੀਂ ਚੱਲੇ ਆ ਅੰਬ ਸਾਹਿਬ ਗੁਰਦੁਆਰੇ ਮੱਥਾ ਟੇਕਣ ਆ ਸਾਰੇ ਚੱਲੇ ਆ ਨਾਲ ਸਾਡੇ ਬਈ ਸਾਰੇ ਜਣੇ ਗੱਡੀ 'ਚ ਆ ਕੇ ਬੈਠ ਗਏ ਆ ਹੁਣ ਆਪਾਂ ਗੱਡੀ ਲੈ ਕੇ ਚੱਲੇ ਆ ਅੰਬ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦੇ ਆ ਕੱਲ ਦਾ ਪਲਾਨ ਜਿਹੜਾ ਅਸੀਂ ਬਣਾਇਆ ਸੀਗਾ ਕੱਲ ਈਵਨਿੰਗ 'ਚ ਉਹ ਕੈਂਸਲ ਹੋ ਗਿਆ ਕਿਉਂਕਿ ਬਾਰਿਸ਼ ਬਹੁਤ ਹੋ ਰਹੀ ਉੱਥੇ ਬਾਰਿਸ਼ 'ਚ ਜਾ ਨਹੀਂ ਸਕਦੇ ਨਾ ਰਾਤ ਘੁਮਾ ਘੁਮਾ ਕੇ ਗੱਡੀ 'ਚ ਸਾਰਾ ਤੇਲ ਖਤਮ ਕਰਦੇ ਆ ਹੁਣ ਅਸੀਂ ਪਹਿਲਾਂ ਤੇਲ ਪਵਾਉਣਾ ਹੈ ਫਿਰ ਜਾਣਾ ਹੈ ਅੰਬ ਸਾਹਿਬ ਗੁਰਦੁਆਰੇ ਲਓ ਜੀ ਸੋ ਤੇਲ ਅਸੀਂ ਪਵਾ ਲਿਆ ਗੱਡੀ ਸਾਡੀ ਲਾਈਨ 'ਚ ਲੱਗੀ ਹੋਈ ਆ ਹਵਾ ਵੀ ਭਰਾ ਲਈ ਉੱਥੇ ਵੀ ਲਾਈਨ ਲੱਗੀ ਹੋਈ ਆ ਕਿੱਡੀ ਵੱਡੀ ਲਾਈਨ ਲੱਗੀ ਹੋਈ ਆ ਹਵਾ ਭਰਾਉਣੇ ਨੂੰ ਆ ਦੇਖੋ ਜੀ ਬੜੇ ਸੋਹਣੇ ਫੁੱਲ ਲੱਗੇ ਹੋਏ ਆ ਆ ਚੰਡੀਗੜ੍ਹ ਦੇ ਚੌਂਕ ਬਣੇ ਹੋਏ ਆ ਉਹ ਸਾਹਮਣੇ JW ਮੈਰਿਟ ਹੋਟਲ ਵੀ ਹੈਗਾ ਏ ਕੁਡਾਲੀ ਸ਼ੇਰ ਵਾਲੀ ਬੱਸ ਆਂਦੀ ਹੋਈ 23 ਨੰਬਰ ਉਹ ਗਈ ਅੱਜ ਆਰਪੀ ਥੋੜੀ ਜੀ ਲੋ ਆ ਇਹਦਾ BP ਲੋ ਹੋ ਰਿਹਾ ਏ ਇਹਨੂੰ ਜੂਸ ਜਸ ਪਿਲਾਉਂਗੇ ਹੁਣ ਅਸੀਂ ਸੋ ਪਹੁੰਚ ਗਏ ਅਸੀਂ ਗੁਰਦੁਆਰੇ ਤੇ ਪਾਰਕਿੰਗ ਵੀ ਸਾਨੂੰ ਮਿਲ ਗਈ ਹਾਂ ਈਜ਼ੀਲੀ ਪਾਰਕਿੰਗ ਮਿਲ ਗਈ ਪਰ ਗੱਡੀਆਂ ਬਹੁਤ ਆਈਆਂ ਹੋਈਆਂ ਨੇ ਰਸ਼ ਬਹੁਤ ਜ਼ਿਆਦਾ ਏ
लो जी गुरुद्वारा साहब अंब साहब पहुंच गए हैं। सामने गुरुद्वारा साहब की इमारत ते पार्किंग गड्डियां बहुत आई हुई ने। अज हूं आप अंदर चलते हैं ते नमस्कार करते हैं गुरुद्वारा साहब जाके। ये है जी जोड़ा घर इधरले पासे ते इधरले पासे गुरुद्वारा साहब की इमारत। ते हुण हरप्रीत देग कराउन लगी आ कड़ा प्रसाद। हरप्रीत कड़ा प्रसाद की देग लेके आ गई आ। सो अंदर नमस्कार करके बाहर आ गए आ। हुण लंगर खान चले आ। इधरले पासे लंगर का स्थान बनया होया ते हुण असीं लंगर छकन चले आ। सो हुण संगतां लंगर छक के बाहर आ गईआं ने ते लंगर बड़ा स्वाद सीगा। लंगर किहो जिहा लग्गिआ तुहानूं भाई? हरप्रीत दा बीपी ठीक हो गया लंगर छक के। सो गुरुद्वारा साहब मत्था टेक के बाहर आ गए आ। हुण इह आ गुरुद्वारा साहब की इमारत बहुत सोहणी बनी होई आ। आ सरगुण ने हरप्रीत उहने पहले ही आके बैठ गए ते हरप्रीत ने हुण ऐनक भी लगाई आ। ऐनक लगाउण दा कारण हरप्रीत वैसे मौसम तां बाहर ठीक आ। अज हरप्रीत खैर लो आ थोड़ी जिही दा बीपी लो होया होया है। सो आके असि गड्डी च बैठ गए। हुण मैं ला ली ऐनक क्योंकि मेरे ना अखां नूं बाहर दी लू जी लग रही है। धुप्प तां वैसे है नहीं। सो साडी गड्डी दा यानी कि साडा प्लान बन गया। असि चले हुण जिथे थानू असि कल कहंदे सीगे उथे चले आ। जाके दिखाउने आ थानू बड़ी सोहणी जगह है। साडा प्लान हुण चेंज हो गया वैसे क्योंकि मौसम बड़ा सोहणा होया होया है इस टाइम ना। ना गर्मी आ ज्यादा ना सर्दी आ। हुण भाई मैं ठीक हो गई। हुण मैं लंगर प्रसादा छक लिया। मेरे च एनर्जी आ गई बोलण दी है नी। लंगर बड़ा स्वाद सीगा भाई। कड़ी चौल कहंदे आ। देखिया थानू असि कहा था ना भी असि ओथी जांदे आ जिथे लंगर स्वाद हुंदा। खीर स्वाद ते खीर रहिंदा। मेरा बीपी शुगर लेवल घट गया सीगा मेरा। चने पोए हुए सी। एक फुलका खादा। फुलके बड़े नरम ते सामने साडी सिस्टर दा घर भी हैगा। सो उहनां वास्ते असीं सोरे तों असीं फ्रूट्स वगैरा लैण लगे आ। हरप्रीत गई है फ्रूट्स लेन। देखो जी मौसम बड़ा सोहना हो गया। एसी एसी बंद कर लिया। खिड़कियां खोल लिया। हुण थानू असी अपनी डेस्टिनी दिखावांगे किथे चले आ। असी इह आ गई अपनी डेस्टिनी जिथे असी आना सीगा। ओ देखो ओ नीचे नीचे लोग दिख रहे उपर। हरप्रीत जिथे आपां जाणा है ना। हां ओ देखो। सो असी अपनी डेस्टिनेशन ते पहुंच गए आ। सामने गेट आ सिसवा डैम दा। बहुत सोहना गेट आ। उतर के दिखाउने आ थानू नजारा। पूरा मौसम भी बहुत सोहना होया होया जी। ठीक है जी उतरो चलो। इत्थे पार्किंग दा बड़ा इशू आ। आपां गड्डी खड़ाती है पार्किंग उपर चढ़ा के अद्धे क ते आ सामने गेट बने होया सिसा कम्यूनिटी रिजर्व। लो जी इस टाइम असीं पहुंचे आ सिसवा डैम ते। साडे पिछे बहुत खूबसूरत नजारा है। ओए होए होए हैं व्यू किन्ना घैंट यार। ओ किश्तियां चल रहीयां छोटी छोटियां जी अगे सामने। ये ओ देखो जी सामने मौसम बहुत सोहना। तो लोग हुम हुमा के पहुंचे हुए है सारे जने। तो हरप्रीत ने भी और आके खुश हो बहुत सोहनी जगह है। तो इधरले पासे का व्यू शिवालिक की पहाड़ियों का ये भी बहुत सोहना है। आ मेरे ख्याल तो होटल वगैरह बने हुए है सामने। सामने तो ताजी हवा चल रही है बहुत सोहनी ठंडी हवा। तो मौसम बहुत सोहना है इस टाइम। तो लोग बोटिंग वगैरह भी कर रहे हैं। मेहताज कह रहे हैं खैर बोटिंग करने वास्ते। हुण असीं अग्गे तक घूम के देख के आउने आं भी अग्गे की आ। वैसे सामने अपना बोटिंग वाला एरिया है। सामने टिकटां वगैरह बुक हुंदियां बोटिंग वास्ते। ओ सामने जिथे कॉर्नर आ ते आपां बोटिंग करनी नहीं। साडे कोल पैसे नहीं हैगे। मौसम भी क्योंकि खराब आ मींह वाला मौसम आ। हवा भी चल रही है पूरी। झील ते पहुंचे हुए हैं ते इंजॉय कर रहे हैं। बहुत सोहनी झील आ ते बहुत आनंद आ रहा है। माइंड फ्रेश हो गया एकदम। चंडीगढ़ के बिलकुल नेड़े है सिसवा डैम।
बोटिंग वगैरह बुक होंगी सामने काउंटर बनिया होया है इधर हरप्रीत उन्हें इंजॉय करते हुए फुल जा रहे भाई इतने वाशरूम वगैरह की फैसिलिटीज भी हैगी है कैफेटेरिया भी हैगा खाण पीण वास्ते समान वगैरह बैठन भी सीटिंग स्पेस हैगी है ना बहुत शांति वाला माहौल है एकदम घेंट माहौल तो वो सामने सरगुण उन्हें खड़े आ सो एंड वाले पॉइंट से असं आ गए इस टाइम आ वोटिंग वगैरह इतों हो रही है भाई बहुत शानदार जगह यार हरप्रीत उन्हें इतने बैठ गए फिलहाल बैठ मैं तो आज उन्होंने बोट लेने वास्ते जिद कर रहे हैं सो वोटिंग वगैरह वैसे सस्ती होगी बाली कोई महंगी नहीं हैगी पर साढ़े को टाइम भी घट ते मेरे फोन की बैटरी भी लो होगी बिल्कुल 10% रह गई तो नैक्सट ब्लॉग मेरे ख्याल तो हूँ हरप्रीत के फोन च बन गए यार इतने आके सानू एक होर चीज़ पता चली है इतने कैंपिंग साइट भी बनी हुई आ देखो जी तंबू बने हुए है रहन रूण वास्ते तो इधरले पासे ट्रेल आ ट्रेल की टाइमिंग कि नहीं है मेहता कुलदार 8 AM to 4 PM ट्रेल वॉकिंग वूकिंग कर सकते हैं सामने बोर्ड लगे हुए है आ सामने रस्ता जा रहा है ट्रेल का आ देखो यार कि सोहनी जगह बनी हुई है तो लोग सैर वगैरह कर रहे घूम आए हुए है बहुत सोहने फुल लगे हुए चार पासे नेचर इसको कहते हैं नेचर एकदम सुकून आ देखो जी मैं आ कैंप बने होया है ना जी ते खान पीन दा पूरा प्रबंध है इत्थे रहन दा सौण दा सो हुण वापस जाण दा टाइम आ हुण आपां एक्सप्लोर कर ली सारी जगह घूम फिर सकते हैं इत्थे ट्रेल वगैरह बनी हुई है ट्रेल वगैरह कर सकते हैं अंदर जा सकते हैं जंगल दे ते हुण कैंपिंग वगैरह तो मैनूं पता नहीं भी चलदी है कि नहीं चलदी इह पर ऊं बने हुए है टेंट बने हुए है इको फ्रेंडली टेंट आ देखो जी आ फुल लगे हुए हैं बड़े सोहणे वाइट कलर दे लो जी सो हुण घूम फिर के आ गए हैं वापस आ थोड़ी जी दूर रह गया ओ सड़क तो आया सी ओ जिहड़ी सड़क चल रही है ਹੁਣ ਆ ਗਏ ਅਸੀਂ ਸਿਸਮਾ ਡੈਮ ਤੋਂ ਬਾਹਰ ਹੁਣ ਅਸੀਂ ਚੱਲੇ ਆ ਆਪਣੀ ਭੈਣ ਦੇ ਘਰੇ ਸੋ ਫਾਈਨਲੀ ਹੁਣ ਆਪਾਂ ਗੱਡੀ ਵਾਪਸ ਮੋੜ ਲਈ ਹੈ ਘਰ ਵੱਲ ਆਪਾਂ ਸਿਸਟਰ ਕੋਲ ਵੀ ਜਾਣਾ ਹੈ ਰਸਤੇ ਚ ਪਹੁੰਚ ਗਏ ਅਸੀਂ ਆਪਣੀ ਭੈਣ ਦੇ ਘਰੇ ਲੋ ਜੀ ਘਰ ਆ ਗਿਆ ਸੋ ਹੁਣ ਅਸੀਂ ਭੈਣ ਦੇ ਘਰੇ ਆਏ ਹੋਏ ਆ ਸਿਸਟਰ ਕੋਲ ਬੈਠੇ ਆ ਇਹ ਆਪਣੀ ਸਿਸਟਰ ਆ ਗਈ ਬੜੀ ਸਤਿ ਸ੍ਰੀ ਅਕਾਲ ਆ ਪਪੀਤੇ ਤੋੜ ਕੇ ਲੈ ਕੇ ਆਏ ਆ ਵੀ ਸਿਸਟਰ ਦੇ ਘਰੇ ਆਏ ਹੋਏ ਸੀ ਕਿ ਉਹ ਦੇਖੋ ਪਪੀਤੇ ਲੱਗੇ ਹੋਏ ਆ आ घर के सामने भी इन्हे टोभा है आह हरियाई आ टोभे च पूरी आ साडी भैण उन्हें हुण असी बदाई ले ली है ते ओ साडा जीजा खड़े आ हुण जाण दी तैयारी है चंगा भाई हुण भैण नूं करता बाय बाय हुण चले आ असी घरे सो ए मेरे नणद ने मौसमी दा बूटा दित्ता हुण इहनूं असी अपने नवे घर लगावांगे सो हुण मेरे फोन की बैटरी डाउन हो गई आपां ए जिहड़ी वीडियो है हरप्रीत मोबाइल च बना रहे हैं ते बाहर मौसम बहुत सोहना हो गया ड्राइविंग करन दा पूरा मजा आ रहा है इस टाइम शौक दी जा रही है गड्डी ओ देखो है ना आ न्यू चंडीगढ़ दा एरिया है जी सारा सो फाइनली असीं घरे पहुंच गए सीगे ते रात च असीं वीडियोज वगैरह बिलकुल भी शूट नहीं कर पाए क्योंकि मेरे फोन की बैटरी बिलकुल डेड हो गई सीगी ते हुण असीं घरे पहुंच गए हैं रोटी रोटी खा ली है रेस्ट करन लगे हैं थके हुए हैं ते अज दे ब्लॉग की इत्थे समाप्ति करन लगे हैं जी ते मिलदे हैं थोनू अगले ब्लॉग च जद तक लई सति श्री अकाल जी बाय 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 सो फ्रेंड्स थानू आज दी जो भी असी प्लेसेस दिखाईयां थानू कीमें दी लग्गियां सानू कमेंट जरूर करियो ते जल्दी ही थानू मिलूंगे अगले व्लॉग च अगला व्लॉग शायद मे बी शॉपिंग दा होवे कुछ भी हो सकदा तद तक लई बाय बाय